ਇਹਨਾਂ ਦੇ ਗਾਇ ਸਾਰੇ ਹੋਣਗੇ ਠੀਕ ਠਾਕ ਤੇ ਅੱਜ ਦਾ ਵਲੌਗ ਆਪਾਂ ਸ਼ੁਰੂ ਕਰਦੇ ਹਾਂ ਤੁਹਾਡੇ ਨਾਲ ਅੱਜ ਦੇ ਵਲੌਗ 'ਚ ਆਪਾਂ ਲਵਾਵਾਂਗੇ ਰੂਟਸ ਦੇ ਹੌਲ ਆਪਾਂ ਲਿਆਉਂਦੇ ਹਾਂ ਚੈੱਕ ਕਰ ਲਓ ਅਤੇ ਹੁਣ ਹੀ ਸਾਨੂੰ ਇਹ ਮੈਨੂੰ ਪਏ ਆ 1850 ਦੇ ਚੈੱਕ ਕਰ ਲਓ ਇਹ ਵਾਜ ਆ ਬਹੁਤ ਵਧੀਆ ਵਾਜ ਆ ਇਹ ਹਜੇ ਲਵਾਵਾਂਗੇ ਮੈਂ ਲੈ ਆਉਂਦੇ ਆ ਅਤੇ ਯਾਰ ਤੁਹਾਨੂੰ ਖੋਲ੍ਹ ਕੇ ਦਿਖਾ ਦਿੰਦਾ ਮੈਂ ਇਹ ਇੱਥੇ ਰੱਖਿਆ ਹੁਣ ਨਿਕੋਲ ਲਿਆ ਆ ਅਤੇ ਆਹ ਦੇਖੋ ਰੂਟਸ ਅਤੇ ਇਹਨਾਂ ਨੇ ਸਾਨੂੰ ਦੂਜੇ ਕੈਮਰੇ ਸਾਨੂੰ ਦਿਖਾਉਂਦਾ ਬੈਕ ਕੈਮਰੇ ਸਾਨੂੰ ਅਤੇ ਆਹ ਤੁਸੀਂ ਦੇਖੋ ਆਪਣੇ ਪਏ ਆ ਰੂਟਸ ਪਿੱਛੇ ਹੋਈ ਕੱਲ੍ਹ ਓਰੀਜਨਲ ਰੂਟਸ ਲਿਖਿਆ ਆ ਮਾਸਟਰੀ ਸਾਲ ਬਣੇ ਆ ਆਹ ਪਿੱਛੇ ਪੱਤੀ ਵੀ ਲੱਗੀ ਆ ਅਤੇ ਆਹ ਥੋੜ੍ਹੀ ਜਿਹੀ ਪਿੰਗੀ ਹੋਈ ਆ ਉੱਧਰ ਟੇਢੀ ਹੋਈ ਆ ਇਹਨਾਂ ਅਤੇ ਹੁਣ ਇਹਨੂੰ ਡੱਬੇ 'ਚ ਪਾ ਕੇ ਇਹ ਇਸ ਬੈਗ 'ਚ ਪਾਉਂਦੇ ਹਾਂ ਫਿਰ ਚੱਲਦੇ ਹਾਂ ਅਤੇ ਆਪਾਂ ਲਵਾ ਲੈਣੇ ਹਾਂ ਅਤੇ ਅੱਜ ਤੁਸੀਂ ਚੈੱਕ ਕਰੋ ਅਤੇ ਹੁਣ ਜਾਂਦੇ ਹਾਂ ਪਹਿਲਾਂ ਪੱਤੀਆਂ ਲੈ ਜਾਂਦੇ ਹਾਂ ਗਾਇਸ ਆਹ ਪਾਰਟ 1 ਆਪਾਂ ਕਰਦੇ ਹਾਂ ਐਂਡ ਅਤੇ ਪਾਰਟ 2 ਆਪਾਂ ਪਾ ਦਿੰਦੇ ਹਾਂ 2 ਕੁ ਦਿਨਾਂ 'ਤੇ ਅਤੇ ਥੋੜ੍ਹੀ ਜਿਹੀ ਕੋਈ ਪ੍ਰੋਬਲਮ ਹੋ ਗਈ ਸੀਗੀ ਤਾਂ ਅੱਗੇ ਮੈਂ ਵੀਡੀਓ ਨਹੀਂ ਬਣਾਈ ਅਤੇ ਬਸ 2 ਕੁ ਦਿਨਾਂ 'ਤੇ ਵੀਡੀਓ ਆ ਜਾਊਗਾ ਅਤੇ ਪਾਰਟ 2 ਵੀ ਆ ਜਾਊਗਾ ਅਤੇ ਵਿੱਚ ਦੁਸ਼ਹਿਰੇ ਦਾ ਵੀ ਆ ਜਾਊਗਾ ਤੁਸੀਂ ਟੈਨਸ਼ਨ ਨਾ ਲਓ ਅਤੇ ਮਿਲਦੇ ਹਾਂ ਆਪਾਂ ਅਗਲੇ ਪਾਰਟ 'ਚ ਜੋ